ਲੈ ਵੀ ਜਿਹਨੇ ਕਰਨੇ ਆ ਫਿੱਟ ਤੇ ਤਿਆਰ ਹੋ ਕੇ ਬਹਿ ਜਾਓ ਕੰਮ ਕਾਰ ਛੱਡ ਕੇ ਇਹ ਤੁਰੇ ਫਿਰਦੇ ਜੇ ਵੀਡੀਓ ਨਾ ਦੇਖ ਲਿਓ ਇਹ ਬਹਿ ਕੇ ਵੇਖਣ ਵਾਲੀ ਵੀਡੀਓ ਆ ਰੂਹ ਨਾ ਕਿਉਂਕਿ ਇਹ ਨਹੀਂ ਪਤਾ ਵੀ ਇੰਨੇ ਜਾਨਵਰਾਂ ਦੇ ਵਿੱਚੋਂ ਕਿਹੜੇ ਜਾਨਵਰ ਨੇ ਤੁਹਾਡੇ ਘਰੇ ਉੱਚੀ ਖੁਰਨੀ ਬਣਵਾ ਦੇਣੀ ਆ ਆਪਾਂ ਬਾਈ ਪ੍ਰਦੀਪ ਸਿੰਘ ਦੇ ਨਾਲ ਆ ਖਾਲਸਾ ਸਟੱਡ ਫਾਰਮ ਦੇ ਉੱਪਰ ਆਪਾਂ ਬਾਈ ਪ੍ਰਦੀਪ ਹੋਣਾ ਤੋਂ ਜਿੰਨੇ ਵੀ ਜਾਨਵਰ ਤੁਹਾਡੇ ਸਾਹਮਣੇ ਤੁਰੇ ਫਿਰਦੇ ਦਿਸਣਗੇ ਆਪਾਂ ਸਾਰਿਆਂ ਦੀ ਡਿਟੇਲ ਪੁੱਛਣੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਸਜਿੰਦਰ ਜੀ ਤੇ ਨਾਲ ਫਿਰ ਤਿਆਰ ਕਰ ਲਈ ਫੌਜ ਹਾਂਜੀ ਅਗਲੀ ਪੀੜ੍ਹੀ ਤਿਆਰ ਆ ਤਿਆਰ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਵਾ ਠੀਕ ਹੈ ਜੀ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਹੈ ਜੀ ਉਹਨਾਂ ਦੀ ਦੇਣ ਆ ਗੁਰੂ ਸਾਹਿਬ ਕਰ ਲਈ ਜੀ ਤਿਆਰ ਕਰੀ ਜਾਂਦੇ ਆ ਜੀ ਇਹ ਇਹ ਥੱਲੇ ਥੁੱਲੇ ਤੈਨੂੰ ਡਰ ਨਹੀਂ ਲੱਗਦਾ ਲੱਤ ਲੁੱਤ ਨਹੀਂ ਮਾਰਦੇ ਘੋੜੇ ਤੇਰੇ ਹੈਂ ਨਹੀਂ ਲੱਤ ਨਹੀਂ ਮਾਰਦੇ ਨਹੀਂ ਮਾਰਦੇ ਬਈ ਆ ਜਾਂਦੇ ਆ ਕੱਲੇ ਆ ਜਾਂਦੇ ਹਾਂਜੀ ਬਾਈ ਜੀ ਕੱਲੇ ਆ ਜਾਂਦੇ ਘੋੜਿਆਂ ਦੇ ਵਿੱਚ ਉਹਨੂੰ ਆਪਾਂ ਵੀਡੀਓ ਬਣਾਈ ਵੀ ਸੀਗੀ ਤੇ ਤਕਰੀਬਨ ਉਹਦਾ ਆਪਣੇ ਨੂਰੇ ਨਾਲ ਫਿਰਦੇ ਸੀ ਹਾਂਜੀ ਨਹੀਂ ਇੱਕ ਦਿਨ ਇਹਨੇ ਉਹ ਸ਼ੇਰਾ ਖੋਲਿਆ ਜਿਹੜਾ ਬਾਹਲਾ ਖਤਰਨਾਕ ਹੈ ਆਪਣਾ ਉਹਦੇ ਵਾਲਾ ਬਾਲਕਨਾਥ ਵਾਲੇ ਹਰਸ਼ ਘੋੜੇ ਦਾ ਬੱਚਾ ਜਿਹੜਾ ਜੀ ਉਹ ਇਹਨੇ ਖੋਲ ਲਿਆ ਤੇ ਉਹ ਨਾਲ ਮਨਦੀਪ ਸੀਗਾ ਤੇ ਇਹਨੇ ਖੋਲ ਲਿਆ ਉਹ ਐਲਤ ਬਾਹਲੀ ਕਰਦਾ ਤੇ ਉਹਨੂੰ ਕਹਿੰਦਾ ਜੇ ਛੱਡਿਆ ਤਾਂ ਤੈਨੂੰ ਕੁੱਟੂ ਛੱਡਣਾ ਵੀ ਨਹੀਂ ਬਾਈ ਇਹਨੇ ਛੱਡਿਆ ਨਹੀਂ ਬਾਹਲਾ ਚੀੜਾ ਨਿਕਲਿਆ ਤਾਂ ਨਹੀਂ ਖਤਰਨਾਕ ਮਤਲਬ ਥੋੜਾ ਜਿਹਾ ਅਗਰੈਸ਼ਨ ਹਾਂ ਘੋੜਿਆਂ ਵਾਲਾ ਜਵਾਨ ਹੋ ਰਿਹਾ ਬਿਲਕੁਲ ਬਿਲਕੁਲ ਹਾਂ ਆ ਹੁਣ ਵੀ ਤੁਹਾਨੂੰ ਸੁਣਦਾ ਹੋਊਗਾ ਜਿਹੜਾ ਹਿਣਕਦਾ ਉਸੇ ਬਸ਼ੇਰੇ ਦੀ ਗੱਲ ਹੀ ਕਰ ਰਿਹਾ ਸੀ ਹਾਂਜੀ ਹਾਂਜੀ ਤੇ ਬਾਈ ਪ੍ਰਦੀਪ ਜਿਹੜੀ ਆਪਾਂ ਸਾਰਿਆਂ ਨੂੰ ਪਹਿਲਾਂ ਮੈਂ ਇੱਕ ਬਸ਼ੇਰੀ ਲੈ ਕੇ ਗਿਆ ਸੀ ਮੱਥੇ ਪੱਟੇ ਵਾਲੀ ਹਾਂਜੀ ਵੀਰ ਜੀ ਉਹ ਦੋ ਨੰਬਰ ਤੇ ਗੱਡੀ ਸਟੈਂਡ ਤੇ ਹਨਾ ਸੋਹਣਾ ਜਿਹਾ ਤੁਰਦੀ ਆ ਹਾਂਜੀ ਹਾਂਜੀ ਉਹ ਕੀਤੀ ਆ ਉਹ ਵੀਰ ਜੀ ਹੈਗੀ ਆ ਆਪਣਾ ਧਨਰਾਜ ਦੀ ਪੋਤੀ ਆ ਜੀ ਜੀ ਧਨਰਾਜ ਜਿਹਦੀ ਆਪਣੀ ਨੂਰ ਵਸ਼ੇਰੀ ਹੈ ਤੇ ਹੰਸਰਾਜ ਧਨਰਾਜ ਦਾ ਵਸ਼ੇਰਾ ਹੋਇਆ ਵਾ ਹੰਸਰਾਜ ਹੰਸਰਾਜ ਦੀ ਹੈ ਜੀ ਉਹ 22 ਮਹੀਨਿਆਂ ਦੀ ਹੈ ਜੀ ਦੋ ਪੈਰ ਮਗਰਲੇ ਚਿੱਟੇ ਆ ਮੱਥੇ ਪਟਾਵਾ ਜੀ ਬਹੁਤ ਸੋਹਣੀ ਇਹ ਜਾਨੀ ਵਸ਼ੇਰੀ ਹੋਈ ਆ ਵਸ਼ੇਰੀ ਆ ਬਾਈ ਜੀ ਦੁੱਧ ਦੰਦ ਚ ਮਿਲਕ ਟੀਥ ਹੈ ਤੇ ਆਪਣਾ ਤੁਸੀਂ ਜਾਨੀ ਕਿ ਉਹ ਵਸ਼ੇਰੀ ਇੱਕ ਕੰਪੀਟੀਸ਼ਨ ਵਾਲੀ ਵਸ਼ੇਰੀ ਹੈ ਉਹ ਕਾਲੀ ਹੋ ਜੂ ਕਾਲੀ ਬਿਲਕੁਲ ਉਹ ਧੁੱਪੇ ਧੱਪੇ ਰਹੀ ਕਰਕੇ ਮੈਨੂੰ ਲੱਗਦਾ ਵੀ ਉਹ ਥੋੜਾ ਜਿਹਾ ਰੰਗ ਜਿਹਾ ਉਹ ਲਾਲ ਜਿਹਾ ਉਹਨਾਂ ਅਸਲ ਦੇ ਵਿੱਚ ਬੱਚੇ ਜ਼ਿਆਦਾ ਹੋਣ ਕਰਕੇ ਰੂਮ ਦੇ ਵਿੱਚੋਂ ਨਿਕਲ ਗਈ ਤੇ ਰੂਮ ਦੇ ਵਿੱਚੋਂ ਬਾਹਰ ਖੜੀ ਹੋਣ ਕਰਕੇ ਉਹਦਾ ਰੰਗ ਇਹੋ ਜਿਹਾ ਹੋ ਗਿਆ ਉਹ ਬਿਲਕੁਲ ਬਲੈਕ ਕਲਰ ਆ ਜੀ ਉਹਦਾ ਜੈੱਡ ਬਲੈਕ ਹਾਂ ਉਹ ਕਾਲੀ ਹੋ ਜੂਗੀ ਉਹ ਜਿਹੜੇ ਪਰਖਣ ਵਾਲੇ ਉਹ ਤਾਂ ਪਰਖ ਲੈਣਗੇ ਬਿਲਕੁਲ ਵੀ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਬੰਦੇ ਨੇ ਨਾ ਨਵਾਂ ਜਾਨਵਰ ਲੈਣਾ ਹੁੰਦਾ ਉਹਨੇ ਉਹ ਕਾਲਾ ਭਾਲਦਾ ਹੁੰਦਾ ਉਹਨੂੰ ਐਂ ਲੱਗਦਾ ਕਿ ਯਾਰ ਵੀ ਆਹ ਸ਼ਾਇਦ ਭੂਸਲਾ ਜਾ ਹਾਂਜੀ ਨਹੀਂ ਨਵੇਂ ਬੰਦੇ ਦੇ ਦਿਮਾਗ 'ਚ ਇਹ ਗੱਲ ਜਾ ਵੜਦੀ ਕਿ ਬਿਲਕੁਲ ਜੀ ਬਿਲਕੁਲ ਤੇ ਉਹ ਬਿਲਕੁਲ ਕਾਲੀ ਹੋ ਜੂਗੀ ਜਿੰਨੀ ਉਹਨੂੰ ਛਾਵੇਂ ਰੱਖ ਲਾਂਗੇ ਉਨੀ ਜੈੱਡ ਬਲੈਕ ਹੋ ਜੂ ਬਿਲਕੁਲ ਜੀ ਉਹਨੇ ਕਾਲੀ ਸ਼ਾਹ ਵਸ਼ੇਰੀ ਆ ਦੋ ਪੈਰ ਮਗਰਲੇ ਚਿੱਟੇ ਮੱਥੇ ਪਟਾ ਬਹੁਤ ਸੋਹਣਾ ਜੀ ਕੁਆਲਿਟੀ ਉਹਦੀ ਗਰਦਨ ਦੀ ਕੁਆਲਿਟੀ ਵੇਖੋ ਕਿੰਨੀ ਸੋਹਣੀ ਆ ਕੰਨਾਂ ਦੀ ਆਪਣੇ ਉਹਦੇ ਮੂੰਹ ਦੀ ਬਹੁਤ ਸੋਹਣੀ ਕੁਆਲਿਟੀ ਦੀ ਵਸ਼ੇਰੀ ਆ ਜਾਨੀ ਕਿ ਇੱਕ ਜੇ ਕਿਸੇ ਬੰਦੇ ਨੇ ਉਹਨੂੰ ਪਾਲਣਾ ਵਾ ਤਾਂ ਸ਼ੋਅ ਕੁਆਲਿਟੀ ਦੀ ਵਸ਼ੇਰੀ ਹੈ ਕਿ ਸ਼ੋਅ ਦੇ ਵਿੱਚ ਨੰਬਰ ਆਊਗੀ ਕੰਨ ਕੁੰਨ ਬੜਾ ਸੋਹਣਾ ਬਹੁਤ ਸੋਹਣਾ ਲੱਗਿਆ ਕੰਨ ਬੜਾ ਸੋਹਣਾ ਬਿਲਕੁਲ ਜੀ ਬਿਲਕੁਲ ਤੁਸੀਂ ਦਿਖਾਈ ਸੀ ਮੈਨੂੰ ਲਾਲ ਜੀ ਵਸ਼ੇਰੀ ਹਾਂਜੀ ਉਹ ਆਪਣੀ ਜੋਧੇ ਘੋੜੇ ਦੀ ਹੈ ਜੋਧਾ ਘੋੜਾ ਜੋਧੇ ਘੋੜੇ ਦੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਜੇ ਜੋਧਾ ਘੋੜਾ ਜਿਉਂਦਾ ਰਹਿ ਜਾਂਦਾ ਤਾਂ ਸ਼ਾਇਦ ਪੰਜਾਬ ਦੀ ਨਸਲ ਨੂੰ ਹਾਂਜੀ ਬਹੁਤ ਜਲਦੀ ਸੁਧਾਰ ਕਰ ਬਹੁਤ ਜ਼ਿਆਦਾ ਸੁਧਾਰ ਵੀ ਬਹੁਤ ਛੇਤੀ ਹੁੰਦਾ ਤੇ ਫਿਰ ਉਹ ਆਪਣਾ ਦੇਵ ਦਾ ਬੱਚਾ ਸੀਗਾ ਆਪ ਵੀ ਜੋਧਾ ਫਿਰ 70 ਇੰਚ ਹਾਈਟ ਬਹੁਤ ਹਾਈਟ ਸੀਗੀ ਘੋੜੇ ਦਾ ਸੰਭ ਬਹੁਤ ਮਜ਼ਬੂਤ ਸੀ ਜਿਹੜਾ ਤੁਸੀਂ ਆਪਾਂ ਆਮ ਵੀਡੀਓ 'ਚ ਕਹਿੰਦੇ ਯਾਰ ਪਾਥੀਆਂ ਪਾਥੀਆਂ ਜਿਹੜੇ ਸੰਭ ਵਾਕਏ ਉਹਨੂੰ ਪਾਥੀਆਂ ਪਾਥੀਆਂ ਜਿਹੜੇ ਸੰਭ ਲੱਗੇ ਹੋਏ ਸੀ ਮਜ਼ਬੂਤੀ ਬਹੁਤ ਸੀ ਖੂਬਸੂਰਤੀ ਬਹੁਤ ਸੀ ਤੇ ਚਲੋ ਉਹ ਆਪਣੇ ਗਾਂ ਚਲਾ ਗਿਆ ਉਹ ਚੀਜ਼ ਦਾ ਆਪਾਂ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਉਹਦੀ ਆਪਣੇ ਕੋਲ ਯਾਦ ਹੈਗੀ ਹੈ ਇੱਕ ਉਹਦੀ ਬੱਚੀ ਆਪਾਂ ਲਈ ਵੀ ਹੈ ਜਤਿੰਦਰ ਬਾਵੇ ਤੋਂ ਆਈ ਹਾਂਜੀ ਹਾਂਜੀ ਆਪਾਂ ਦੋਵੇਂ ਬੱਚੇ ਤੇ ਮਾਂ ਉਹਦੀ ਜਦੋਂ ਮੈਂ ਜਤਿੰਦਰ ਬਾਵੇ ਦਾ ਫਾਰਮ ਫਲਮਾ ਕੇ ਆਇਆ ਸੀ ਉਦੋਂ ਉਹ ਬੱਚੀ ਬਾਹਲੀ ਨਿਆਣੀ ਸੀ ਨਿਆਣੀ ਸੀ ਨਿੱਕੀ ਸੀ ਹੁਣ ਤਾਂ ਪੂਰੀ ਜਵਾਨ ਹੋਈ ਪਈ ਬਿਲਕੁਲ ਬਹੁਤ ਮੰਗੀ ਬਹੁਤ ਲੋਕਾਂ ਨੇ ਉਹਨਾਂ ਅੱਡੋ ਅੱਡ ਬੰਦਿਆਂ ਦੇ ਹੁਣ ਆਪਾਂ ਨਾਂ ਤਾਂ ਕੀ ਲੈਣੇ ਆ ਬਹੁਤ ਲੋਕੀ ਉਹ ਤੋਂ ਲੈਣ ਵਾਸਤੇ ਆਉਂਦੇ ਰਹੇ ਆ ਕਿ ਸਾਨੂੰ ਦੇ ਦਿਓ ਪਰ ਉਹ ਆਪਣੇ ਕਰਮਾਂ ਦੇ ਵਿੱਚ ਲਿਖੀ ਸੀ ਆਪਣੇ ਘਰ ਦਾ ਉਹਦਾ ਦਾਣਾ ਪਾਣੀ ਲਿਖਿਆ ਸੀਗਾ ਉਹ ਖਿੱਚ ਕੇ ਲਿਆ ਆ ਹਾਂ ਉਹ ਤੁਹਾਡੇ ਕੋਲੇ ਆ ਤੇ ਉਹ ਬਸ਼ੇਰੀ ਹੈਗੀ ਆ
ਆਪਣਾ ਜੋਧੇ ਘੋੜੇ ਜੋਧੇ ਘੋੜੇ ਦੀ ਜੋਧੇ ਘੋੜੇ ਦੀ ਹਾਂਜੀ ਤੇ ਉਹ ਵੀ ਜੇ ਕੋਈ ਮਿੱਤਰ ਮੰਗੂਗਾ ਤਾਂ ਤੁਸੀਂ ਦੇ ਦਿਓਗੇ ਹਾਂ ਬਿਲਕੁਲ ਵੀ ਬਿਲਕੁਲ ਫਾਰ ਸੇਲ ਹਾਂਜੀ ਇੱਕ ਇੱਕ ਬਾਈ ਉਹ ਜਿਹੜੀ ਸਿੰਧੀ ਆ ਜਿਹੜੀ ਭੋਲਾ ਤੁਰਦੀ ਆ ਹਾਂ ਬਾਈ ਸਿੰਧੀ ਉਹ ਆਪਾਂ ਕਿ ਕੱਛ ਚੋਂ ਲੈ ਕੇ ਆਇਆ ਮੈਂ ਜੀ ਬਹੁਤ ਸੋਹਣੀ ਘੋੜੀ ਆ ਉਹਦੇ ਵੀ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਉਹਦਾ ਘੋੜੀ ਦਾ ਆਪਣਾ ਤੇਲੀਆ ਕਮੈਦ ਕਲਰ ਹੈ ਘੋੜੀ ਦਾ ਆਪਣੀ ਦਾ ਤੋਰੇ ਦੇ ਵਿੱਚ ਨਾਮੀ ਆ ਉੱਥੇ ਵੀ ਵਿਨਰ ਰਹਿ ਚੁੱਕੀ ਘੋੜੀ ਆ ਇੱਕ ਨਹੀਂ ਪੰਜਾਂ ਛੇਆਂ ਮੇਲਿਆਂ 'ਚੋਂ ਵਿਨਰ ਰਹਿ ਚੁੱਕੀ ਆ ਇਹ ਹਾਂਜੀ ਅਤੇ ਤੋਰੇ ਦੀ ਤਾਂ ਕਿਆ ਬਾਤ ਹੀ ਹੈ ਫਿਰ ਇਹ ਚਲਾਈ ਬਹੁਤ ਚੰਗੇ ਸਵਾਰ ਦੀ ਆ ਆਪਣੇ ਜਾਲੂਬਾ ਦੀ ਚਲਾਈ ਵੀ ਹੈ ਜਿਹਨੂੰ ਆਪਾਂ ਜਾਲਮ ਸਿੰਘ ਵੀ ਕਹਿ ਦਿੰਦੇ ਹਾਂ ਉਹ ਜਾਲੂਬਾ ਦੀ ਚਲਾਈ ਵੀ ਘੋੜੀ ਵੀ ਹੈ ਅਤੇ ਆਪਣਾ ਇਹਦਾ ਭਰਾ ਵੀ ਹੁਣ ਸਗਾ ਭਰਾ ਆਪਣਾ ਉੱਥੋਂ ਵਿਕਿਆ ਵਾ ਲਾਕੜੀਏ ਗਾਂਵ ਤੋਂ 14.5 ਲੱਖ ਦਾ ਸੂਰਤ ਦਾ ਵਪਾਰੀ ਲੈ ਕੇ ਗਿਆ ਅੱਛਾ ਸਿੰਧੀ ਘੋੜਾ ਇੰਨਾ ਮਹਿੰਗਾ ਹਾਂਜੀ 14.5 ਲੱਖ ਦਾ ਜਿਹੜਾ ਹੈ ਕਿ ਉੱਥੇ ਕੱਛ ਦੇ ਵਿੱਚ ਜਿਹੜੀ ਆ ਹੁਣ ਥੋੜ੍ਹੇ ਦਿਨ ਪਹਿਲਾਂ ਰੇਸ ਹੋਈ ਆ ਆਪਣਾ ਲੱਗਦਾ ਮੈਨੂੰ ਸੀਗੀ ਇਹ 6-7 ਤਰੀਕ ਨੂੰ ਸੀ ਉੱਦਣ ਉਹ ਛੇ ਘੋੜਾ ਜਿਹੜਾ ਪਹਿਲੇ ਨੰਬਰ 'ਤੇ ਆਇਆ ਵਾ ਉਹ ਵੀ ਬਾਪ ਵਾਲੇ ਪਾਸੋਂ ਇਹਦਾ ਭਰਾ ਵਾ ਠੀਕ ਹੈ ਜੀ ਉਹਨੂੰ ਵੀ ਉਹਦਾ ਵੀ 17 ਲੱਖ ਰੁਪਇਆ ਮੁੱਲ ਲੱਗਿਆ ਪਰ ਉਹ ਮਾਲਕ ਨੇ ਦਿੱਤਾ ਨਹੀਂ ਘੋੜੀਆਂ ਚ ਖੜੀ ਮੈਨੂੰ ਐ ਮਤਲਬ ਮਗਰਲੇ ਪਾਸੇ ਤਾਂ ਕੋਈ ਫਰਕ ਨਹੀਂ ਲੱਗਦਾ ਸਿੰਧੀ ਆ ਮਾਰਵਾੜੀ ਉਹ ਜਿਹੀ ਬਾਪ ਵੀ ਚੈਂਪੀਅਨ ਆ ਬਾਈ ਜੀ ਰੇਸਾਂ ਦੇ ਵਿੱਚ ਮਾਂ ਇਹਦੀ ਵੀ ਚੈਂਪੀਅਨ ਆ ਇਹ ਮੈਂ ਕਿ ਵੇਖ ਕੇ ਲੈ ਕੇ ਆਇਆ ਇਹ ਚੀਜ਼ ਪਹਿਲਾਂ ਵੀ ਆਪਾਂ ਜਿਹੜੀ ਘੋੜੀ ਦਿੱਤੀ ਸੀਗੀ ਉੱਥੇ ਆਪਣੇ ਨਵੇਂ ਸ਼ਹਿਰ ਗਰਚੇ ਪਿੰਡ ਉਹ ਐਤਕੀ ਮੇਲਿਆਂ ਦੇ ਵਿੱਚ ਵੀ ਵਿਨਰ ਰਹੀ ਜੋੜੇ ਪੁਲ ਆਪਾਂ ਦਿੱਤੇ ਜੋੜੇ ਪੁਲ ਐਤਕੀ ਰੇਸਾਂ ਹੋਈਆਂ ਸੀ ਜਿਹੜੀਆਂ ਉੱਥੇ ਉਹ 4th ਨੰਬਰ 'ਤੇ ਆਈ ਜਿਹੜੀ ਆਪਾਂ ਦਿੱਤੀ ਆਪਾਂ ਦਿੱਤੀ ਸੀ ਮੈਂ ਨਾ ਆਪਾਂ ਫਲਮਾਈ ਸੀ ਉਹ ਹਾਂਜੀ ਉਹ ਫਲਮਾਈ ਸੀ ਆਪਾਂ ਪਹਿਲੇ ਦੂਜੀ ਹਾਂ ਬਹੁਤ ਵਧੀਆ ਬਾਈ ਉਹ 4th ਨੰਬਰ 'ਤੇ ਆਈ ਇੱਕ ਥਾਂ 'ਤੇ ਹੋਰ ਰੇਸ ਹੋਈ ਸੀਗੀ ਉੱਥੇ ਵੀ ਉਹ ਵਿਨਰ ਰਹੀ ਘੋੜੀ ਬਹੁਤ ਤੋਰਾ ਬਹੁਤ ਚੰਗਾ ਚਲ ਉਹ ਹੋ ਗਿਆ ਅਤੇ ਇੱਕ ਤੁਸੀਂ ਇੱਕ ਐਡਮ ਦੀ ਹਾਂਜੀ ਐਡਮ ਵਾਲੀ ਉਹ ਵੀ ਬਹੁਤ ਤੁਰਦੀ ਹਾਂ ਬਾਈ ਉਹ ਵੀ ਤੋਰੇ ਦੀ ਫਿਰ ਉਹ ਮੱਝੂ ਕੇ ਲੈ ਜਾਂਦੀ ਉਹਦਾ ਤੋਰਾ ਤਾਂ ਚੰਗਾ ਹੋਣਾ ਹੀ ਹੋਣਾ ਬਾਈ ਉਹ ਵੀ ਜੇ ਕੋਈ ਖਰੀਦਣੀ ਚਾਹੇ ਹਾਂ ਉਹ ਖਰੀਦ ਸਕਦੇ ਬਿਲਕੁਲ ਉਹ ਆਪਾਂ ਨਹੀਂ ਬਾਈ ਜੀ ਉਹ ਕਰੋਸ ਐਤਕੀ ਮਾਰਚ ਦੇ ਵਿੱਚ ਕਰਾਵਾਂਗੇ ਮੌਸਮ ਦੇ ਹਿਸਾਬ ਨਾਲ ਨਹੀਂ ਕਰਾਈ ਹੀਟ ਦੇ ਵਿੱਚ ਆਉਂਦੀ ਹੈ ਪਰ ਮੌਸਮ ਦੇ ਹਿਸਾਬ ਨਾਲ ਨਹੀਂ ਕਰਾਈ ਕਿ ਠੰਡ ਬਹੁਤ ਆ ਹਜੇ ਉਹਨੂੰ ਆਪਣੇ ਹੰਟਰ ਤੇ ਕਰਾ ਦਿਆਂਗੇ ਹੰਟਰ ਰਹਿੰਦੀ ਜੇ ਬੈਗੀ ਤਾਂ ਗੱਲ ਵੱਖਰੀ ਉਹ ਗੱਲ ਵੱਖਰੀ ਹੈ ਹਾਂਜੀ ਹਾਂ ਤੇ ਇੱਕ ਇੱਕ ਬਛੇਰੀ ਤੁਸੀਂ ਨੁਕਰੀ ਦਿਖਾਈ ਸੀ ਹਾਂ ਬਾਈ ਜੀ ਨੁਕਰੀ ਘੋੜੀ ਉਹ ਬੋਰ ਲੈਣ ਦੀ ਆਪਣਾ ਵਛੇਰੀ ਆ ਤੇ 9 ਮਹੀਨਿਆਂ ਦੀ ਆ 9-10 ਮਹੀਨਿਆਂ ਦੀ ਵਛੇਰੀ ਆ ਉਹ ਤੇ ਸ਼ਿਗੜੀ ਉਹਦੀ ਪੂਰੀ ਹੋਈ ਵੀ ਹੈ ਸ਼ਿਗੜੀ ਪੂਰੀ ਕਰ ਗਈ ਬਹੁਤ ਚੰਗੀ ਵਛੇਰੀ ਆ ਜੀ ਉਹ ਵੀ 8 ਮਹੀਨੇ ਤੋਂ ਪਟਦਾ ਜਾਨਵਰ 7-8 ਤੇ ਪਟ ਲੈਂਦਾ ਹਾਂਜੀ ਤੇ 9 ਕਤੇ ਪੂਰੀ ਹਾਂ ਬਾਈ ਸ਼ਿਗੜੀ ਪੂਰੀ ਹੋਈ ਵੀ ਹੈ ਬਹੁਤ ਸੋਹਣੀ ਵਛੇਰੀ ਉਹ ਵੀ ਚੰਗੀ ਵਛੇਰੀ ਹਾਂਜੀ ਉਹ ਵੀ ਵੇਚ ਦਿਓ ਹਾਂਜੀ ਉਹ ਵੀ ਫਾਰ ਸੇਲ ਇਹ ਹੋ ਗਏ 5 ਜਾਨਵਰ ਹੋ ਗਏ ਹਾਂਜੀ ਆਪਣੇ ਕੋਲ 5-6 ਜਾਨਵਰ ਹੋ ਗਏ ਜੀ 5-6 ਜਾਨਵਰ ਹੋ ਗਏ ਹਾਂਜੀ ਹਾਂਜੀ ਸਿੰਧੀ ਵੀ ਵੇਚ ਦਿਓਗੇ ਹਾਂਜੀ ਸਿੰਧੀ ਵੀ ਸੇਲ ਕਰ ਦਾਂਗੇ ਸਿੰਧੀ ਵੀ ਵੇਚ ਦਾਂਗੇ ਤੇ ਉਹ ਜਿਹੜੀ ਐਡਮ ਵਾਲੀ ਆ ਜਿਹੜੀ ਬਹੁਤ ਤੁਰਦੀ ਆ ਹਾਂਜੀ ਉਹ ਵੀ ਵੇਚ ਦਿਓ ਹਾਂਜੀ ਉਹ ਵੀ ਵੇਚ ਦਿਓ ਹਾਂਜੀ ਹਾਂਜੀ ਤੇ ਪ੍ਰਦੀਪ ਬਾਈ ਆਪਣੇ ਘੋੜੇ ਤੋਂ ਕਿੰਨੀਆਂ ਘੋੜੀਆਂ ਹੋਣਗੀਆਂ ਕਰੋਸ ਘੋੜੀਆਂ ਵੀ ਜੀ ਆਪਾਂ ਤਕਰੀਬਨ 40 ਦੇ ਨੇੜ ਘੋੜੀਆਂ ਕਰੋਸ ਕਰਾਈਆਂ ਹੰਟਰ ਤੋਂ ਸੀ ਹਾਂਜੀ 40 ਹੋ ਹੀ ਗਈਆਂ ਤਕਰੀਬਨ ਪ੍ਰੋਜੈਕਟਰ ਤਾਂ ਨਹੀਂ ਵੇਖਿਆ ਪਰ 40 ਘੋੜੀਆਂ ਕਰੋਸ ਹੋ ਗਈਆਂ ਤੇ ਤੁਰਨ ਚੰਗਾ ਲੱਗਿਆ ਹਾਂਜੀ ਬਾਈ ਜੀ ਤੋਰਾ ਤਾਂ ਆਪਾਂ ਜਾਣੀ ਅਰੇਬੀਆ ਦਾ ਤੋਰਨਾ ਕਾਹਦਾ ਚੱਲਦਾ ਤਾਂ ਦੁੜ ਕੇ ਹੀ ਆ ਹਾਂ ਦੁੜ ਕੇ ਚਲਾਈਦਾ ਸੋਹਣਾ ਤੁਰਦਾ ਵਧੀਆ ਸਰੀਫ ਬਹੁਤ ਹੈ ਹਾਂ ਤੁਰਨ ਵਾਲੇ ਪਾਸੇ ਜਦੋਂ ਕਾਠੀ ਪੈ ਗਈ ਲਗਾਮ ਪੈ ਗਈ ਸਵਾਰ ਚੜ ਗਿਆ ਬਹੁਤ ਵਧੀਆ ਸ਼ਾਂਤੀ ਨਾਲ ਸਵਾਰ ਨੂੰ ਨਜ਼ਾਰਾ ਆਉਂਦਾ ਪਤਾ ਲੱਗਦਾ ਬੈਠੇ ਆ ਤੇ ਜਦੋਂ ਓਦਾਂ ਆਪਾਂ ਫੜ ਲੈਂਦੇ ਹਾਂ ਉਦੋਂ ਕਹਿੰਦਾ ਖਾ ਜਾ ਉਹਨੂੰ ਪਤਾ ਹੀ ਹੈ ਦੋ ਬੰਦਿਆਂ ਤੋਂ ਕਾਬੂ ਨਹੀਂ ਆਉਂਦਾ ਉਹਦਾ ਸੁਹਾਗਾ ਬੜਾ ਹੀ ਫਿਰਦਾ ਉਹਦਾ ਜਿਹਦੇ ਫੜੇ ਉਹਨੂੰ ਪਤਾ ਹੁੰਦਾ ਕਿ ਮੈਂ ਫੜੀ ਕਿਵੇਂ ਫਿਰਦਾ ਲੈ ਵੀ ਬਾਈ 5 ਤਾਂ ਤੁਹਾਨੂੰ ਜਾਨਵਰ ਦਿਖਾ ਤੇ ਨਾਲ ਦੀ ਨਾਲ ਤੁਹਾਨੂੰ ਲਾਸਟ ਤੇ ਇੱਕ ਤੁਹਾਨੂੰ ਬਛੇਰਾ ਦਿਖਾ ਰਿਹਾ ਫਿਰ ਬਾਈ ਉਹ ਬਛੇਰਾ ਦੇ ਦਿਓਗੇ ਕੋਈ ਬਾਈ ਚੰਗੀ ਕੋਈ ਆਪਣਾ ਰਕਮ ਭਰੂਗਾ ਤਾਂ ਆਪਾਂ ਬਛੇਰਾ ਦੇ ਦਾਂਗੇ ਪਰ ਉਹ ਸਾਂਭ ਬਛੇਰਾ ਮੇਰਾ ਬਣਨ ਵਾਲਾ ਬਹੁਤ ਚੰਗਾ ਸਾਂਭ ਬਣਨ ਵਾਲਾ ਕਿ ਅਜੇ ਕੋਈ ਵਿਚਾਰ ਕੀਤੀ ਨਹੀਂ ਫਿਰ ਵੀ ਕੋਈ ਆ ਗਿਆ ਕੋਈ ਸੱਜਣ ਮਿੱਤਰ ਮੌਕੇ ਦੇ ਉੱਤੇ ਤਾਂ ਦੇ ਵੀ ਦੇਵਾਂਗੇ ਉਹ ਹੈਗਾ ਹਰਸ਼ ਘੋੜੇ ਦਾ ਹਾਂਜੀ ਉਹ ਹਰਸ਼ ਘੋੜੇ ਦਾ ਬਾਈ ਜਿਹੜੇ ਬਾਬੇ ਬਾਲਕਨਾਥ ਵਾਲੇ ਘੋੜੇ ਦਾ ਜੀ ਘੋੜੇ ਦਾ ਹਾਂਜੀ ਬਿਲਕੁਲ ਉਸ ਘੋੜੇ ਦਾ ਹਾਂਜੀ ਤੇ ਇਹਦੇ ਹੈਗਾ ਮੱਥੇ ਪਟਾ ਤੇ ਇੱਕ ਪੈਰ ਚ ਹਾਂਜੀ ਇੱਕ ਪੈਰ ਮਗਰਲਾ ਪੂਰਾ ਚਿੱਟਾ ਵਾ ਆਪਣਾ ਖੱਬੇ ਹੱਥ ਦਾ ਤੇ ਖੱਬੇ ਹੱਥ ਦੇ ਮੂਹਰਲੇ ਦੇ ਥੋੜਾ ਜਿਹਾ ਜਵਾਬ ਆ ਲੈਣ ਪੱਟੀ ਬਣੀ ਹੋਈ ਹੈ ਠੀਕ ਹੈ ਮਤਲਬ ਦੋ
ਪੈਰ ਚਿੱਟੇ ਹਾਂ ਜੀ ਇੱਕ ਪਾਸੇ ਦੇ ਦੋ ਪੈਰ ਚਿੱਟੇ ਇੱਕੇ ਪੈਰ ਬਿਲਕੁਲ ਜੀ ਤੇ ਮੱਥੇ ਪਟਾ ਹਾਂ ਜੀ ਪਟਾ ਸੋਹਣਾ ਬਹੁਤ ਸੋਹਣਾ ਪਟਾ ਤੋਂ ਕੀ ਬਾਤ ਹੀ ਹੈ ਹਾਂ ਤੇ ਘੋੜਾ ਹੈ ਜਿਹੜਾ ਬਾਈ ਹੁਣਾ ਕੋਲੇ ਹਾਂ ਜੀ ਤੇ ਉਹਦੇ ਬਾਰੇ ਮੈਂ ਜਿਹੜੇ ਨਵੇਂ ਸੱਜਣਾ ਕਹਿੰਦੇ ਨਵਿਆਂ ਨੂੰ ਨਹੀਂ ਪਤਾ ਹੁੰਦਾ ਵੈਸੇ ਪੰਜਾਬ ਦੇ ਵਿੱਚ ਘੋੜਾ ਪ੍ਰੇਮੀ ਕੋਈ ਇਹੋ ਜਿਹਾ ਹੈ ਨਹੀਂਗਾ ਸ਼ਾਇਦ ਬਈ ਜਿਹਨੂੰ ਨਾਮ ਪਤਾ ਹੋਵੇ ਹੰਟਰ ਬਾਰੇ ਪਰ ਮੈਂ ਫਿਰ ਵੀ ਦੱਸ ਦਿੰਦਾ ਕਿ ਉਹ ਪ੍ਰਭਾਤ ਦਾ ਪੁੱਤਰ ਹਾਂ ਜੀ ਤੇ ਪਾਰਥ ਦਾ ਬੱਚਾ ਹੈ ਹਾਂ ਜੀ ਇਸ ਵਕਤ ਉਹ ਕੱਦ ਬਈ ਕਿੰਨਾ ਕਰ ਗਿਆ ਹੋਊਗਾ ਉਹ 67 ਇੰਚ ਕੱਦ ਕਰ ਗਿਆ 67 ਇੰਚ ਕੱਦ ਕਰ ਗਿਆ ਹਾਂਜੀ ਤੇ ਹੁਣ ਉਹ 4 ਦੰਦ ਹੋ ਗਿਆ ਹਾਂਜੀ 4 ਦੰਦ ਹੋ ਗਿਆ 4 ਦੰਦ ਹੋ ਗਿਆ ਹਾਂਜੀ ਤੇ ਮੀਟਿੰਗ ਲਈ ਅਗਲੇ ਸੀਜ਼ਨ ਦੇ ਵਿੱਚ ਤਾਂ ਵੀ ਮਾਲਕ ਕਿਰਪਾ ਕਰੇ ਜਾਂਦਾ ਬਹੁਤ ਹੀ ਤਕੜੀ ਉਤਾਰਨਾ ਘੋੜੀਆਂ ਬਿਲ ਕਰੂਗਾ ਬਿਲਕੁਲ ਪਿਛਲੇ ਸੀਜ਼ਨ ਆ ਜਿਹੜਾ ਉਦੋਂ ਗਰਮੀਆਂ ਦਾ ਸੀਜ਼ਨ ਆ ਗਿਆ ਹਾਂਜੀ ਸੌਣ ਭਾਦੋਂ ਆ ਗਿਆ ਹਾਂਜੀ ਉਦੋਂ ਬਾਅਦ ਪਰ ਅਗਲਾ ਜਿਹੜਾ ਮਾਰਚ ਅਪ੍ਰੈਲ ਦੇ ਵਿੱਚ ਜ਼ਿਆਦਾ ਮੀਟਿੰਗ ਦਾ ਸੀਜ਼ਨ ਬਿਲਕੁਲ ਪਿਛਲੀ ਵਾਰ ਆਪਾਂ 6ਵੇਂ ਮਹੀਨੇ 'ਚ ਕਿ 5ਵੇਂ ਮਹੀਨੇ 'ਚ ਉਦੋਂ ਗਰਮੀ ਦਾ ਸੀਜ਼ਨ ਆ ਗਿਆ ਜਦੋਂ ਆਪਾਂ ਪਹਿਲੀ ਵਾਰ ਘੋੜੀਆਂ ਤੇ ਛੱਡਣਾ ਸ਼ੁਰੂ ਹੀ ਕੀਤਾ ਵਾ ਤੇ ਹੁਣ ਆਉਣ ਵਾਲੇ ਪਰ ਐਤਕੀ ਵੀ ਲੋਕਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਬਾਈ ਜੀ ਆਫ ਸੀਜ਼ਨ ਦੇ ਵਿੱਚ 40 ਘੋੜੀਆਂ ਮੀਟ ਹੋ ਗਈਆਂ ਹਾਂ ਤੇ ਅਗਲੀ ਵਾਰ ਨੂੰ ਜਾਣਦਾ ਵੀ ਬਹੁਤ ਮੈਨੂੰ ਇੰਨਾ ਪਤਾ ਵੀ ਮਾਰਚ ਤੋਂ ਉਹਦੇ ਬੱਚੇ ਸਟਾਰਟ ਹੋ ਜਾਣਗੇ ਆਉਣੇ ਹਾਂਜੀ ਫਿਰ ਉਸ ਤੋਂ ਬਾਅਦ 13 ਜਾਣਦਾ ਘੋੜਾ ਆਪਣੀ ਬਿਊਟੀ ਦੇ ਸਿਰ ਤੇ ਤੇ ਪਿਛਲੇ ਖਾਨਦਾਨ ਦੇ ਸਿਰ ਤੇ ਚੱਲਦਾ ਹਾਂਜੀ ਫਿਰ ਅੱਗੇ ਜਾ ਕੇ ਘੋੜਾ ਆਪਣੇ ਬੱਚੇ ਆਪਦੇ ਰਿਜ਼ਲਟ ਦੇ ਉੱਤੇ ਚੱਲੂਗਾ ਬੱਚਿਆਂ ਦੇ ਸਿਰ ਤੇ ਚੱਲਣਾ ਸਟਾਰਟ ਕਰਦਾ ਬਿਲਕੁਲ ਜੀ ਬਿਲਕੁਲ ਤੇ ਉਮੀਦ ਕਰਦੇ ਹਾਂ ਬਾਈ ਤੁਹਾਡਾ ਜਿਹੜਾ ਘੋੜਾ ਜੋ ਖਾਨਦਾਨ ਅਕਸਰ ਪਿੱਛੇ ਚੰਗਾ ਤਾਂ ਮਾਂ ਵਾਲੇ ਬਾਪ ਵਾਲੇ ਪਾਸੇ ਵੇਖੋ ਜਿਹੜੇ ਬੰਦੇ ਨੂੰ ਗੁਰੂ ਤੇ ਭਰੋਸਾ ਜੀ ਉਹ ਦੇਣ ਵਾਲਾ ਬੇਅੰਤ ਹੈ ਨਹੀਂ ਸਭ ਉਹ ਕੁਦਰਤ ਹੈ ਉਹ ਵੀ ਬੇਅੰਤ ਹੈ ਉਹਨੇ ਆਪੇ ਜਿਹੜਾ ਕੁਝ ਕਰਨਾ ਉਹਦੇ ਹੱਥ ਵਸ ਹੈ ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਗੁਰੂ ਸਾਹਿਬ ਮੂਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੀ ਕਿ ਨਹੀਂ ਹਾਂ ਵੀ ਬਹੁਤ ਬਹੁਤ ਬਾਈ ਧੰਨਵਾਦ ਪ੍ਰਦੀਪ ਬਾਈ ਤੇ ਲੈ ਸ਼ੁਕਰੀਆ ਜੀ ਬਾਈ ਦਾ ਨੰਬਰ ਤੁਹਾਨੂੰ ਦੇਤਾ ਜੇ ਕਿਸੇ ਵੀ ਸੱਜਣ ਨੇ ਸੰਪਰਕ ਕਰਨਾ ਹੋਇਆ ਤਾਂ ਘੋੜਾ ਜਿਹੜਾ ਤੁਹਾਨੂੰ ਫਿੱਟ ਆ ਗਿਆ ਜਿਹੜਾ ਜਾਨਵਰ ਇਹਨਾਂ ਚੋਂ ਫਿੱਟ ਆ ਗਿਆ ਤੁਹਾਨੂੰ 5-6 ਜਾਨਵਰ ਦਿਖਾਏ ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਬਾਈ ਪ੍ਰਦੀਪ ਨਾਲ ਤੁਸੀਂ ਕਰ ਲਿਓ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ।